ਤੇ ਬਲਵੀਰ ਹੁਸ਼ਿਆਰਪੁਰ ਕੁਸ਼ਤੀ ਸ਼ੁਰੂ ਕਰ ਦਿਓ। ਤਿਆਰੀ ਦੇ ਵਾਸਤੇ ਵਿਵੇਕ ਹੁਸ਼ਿਆਰਪੁਰ ਤੇ ਸ਼ਿਆਮ ਉਨਾ, ਇਹ ਦੋਨੋਂ ਪਹਿਲਵਾਨ ਤਿਆਰੀ ਕਰ ਲੈਣ। ਵਿਵੇਕ ਹੁਸ਼ਿਆਰਪੁਰ ਤੇ ਸ਼ਿਆਮ ਉਨਾ ਦੋਨੋਂ ਪਹਿਲਵਾਨ ਬਿਲਕੁਲ ਤਿਆਰੀ ਕਰ ਲੈਣ ਕਿ ਬੱਲੀਏ ਬਣਾ ਕੇ ਝਾਂਜਰ ਦੇਵੀ ਨਾਲ ਨਾਲ ਗੋ ਤੁਰਨਾ, ਜਾਂ ਮਿੱਤਰਾਂ ਨੇ ਕੋਕਾ ਬਣਨਾ ਜਾਂ ਫਿਰ ਬਣਨਾ ਸੁਰਮਾ, ਨਹੀਂ ਤਾਂ ਬਣਾ ਕੇ ਪੱਕੇ ਗਾਲੀ ਦੇਰੀ ਦੇ ਬਣ ਕੇ ਕੁੰਡੀਆਂ ਦੇ ਸਿੰਘ ਫਸ ਗਏ। ਅੱਜ ਦੇਖੇ ਜ਼ਮਾਨਾ ਖੜ ਕੇ, ਅੱਜ ਦੇਖੇ ਜ਼ਮਾਨਾ ਖੜ ਕੇ, ਲੋਕ ਖੜ ਖੜ ਦੇਖ ਰਹੇ ਹੈ ਕਿ ਪੰਜਾਬਰ ਪਿੰਡ ਹੈ, ਪੰਜਾਬਰ ਪਿੰਡ ਦਾ ਸਲਾਨਾ ਦੰਗਲ ਹੋ ਰਿਹਾ, ਸਲਾਨਾ ਛਿੰਝ ਮੇਲਾ ਹੋ ਰਿਹਾ। ਪੀਰ ਬਾਬਾ ਲੱਕ ਦਾਤਾ ਦੰਗਲ ਕਮੇਟੀ ਪੰਜਾਬਰ ਵੱਲੋਂ ਸਲਾਨਾ ਦੰਗਲ ਹੈ, ਸਲਾਨਾ ਦੰਗਲ ਅੱਜ ਇਸ ਧਰਤੀ ਤੇ ਕਰਵਾਇਆ ਜਾ ਰਿਹਾ। ਹਾਂਜੀ ਰਾਣਾ ਜੀ, ਰਾਣਾ ਜੀ ਅਟੈਂਸ਼ਨ ਪਲੀਜ਼। ਜਿੱਦਾਂ ਕਿ ਮੈਨੂੰ ਹੁਣੇ ਹੁਣੇ ਇੱਕ ਹੋਰ ਜਾਣਕਾਰੀ ਮਿਲੀ ਹੈ, ਸਾਡੀ ਇੱਕ ਬਿਟੀਆ ਸ਼ਿਵਾਨੀ ਡਾਕਟਰ ਆਫ ਸਾਬਕਾ ਲੋਅਰ ਪੰਜਾਬਰ ਤੋਂ ਉਹਨਾਂ MSc ਦੇ ਵਿੱਚ ਥਰਡ ਪੋਜੀਸ਼ਨ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹਾਸਲ ਕੀਤੀ ਹੈ। ਬੇਟਾ MSc ਕਿਹੜੇ ਸਬਜੈਕਟ ਦੀ ਕੀਤੀ ਹੈ ਵੀ ਮੇਰੇ ਕੋਲ ਲਿਖ ਕੇ ਭੇਜੋ ਜ਼ਰਾ, ਤਾਂ ਉਸ ਬਿਟੀਆ ਨੂੰ ਵੀ ਇੱਥੇ ਸਨਮਾਨਿਤ ਕੀਤਾ ਜਾਏਗਾ। ਸ਼ਿਵਾਨੀ ਡਾਕਟਰ ਆਫ ਸਾਬਕਾ ਉਹਦੇ ਨਾਂ ਤੇ ਵੀ ਤਾਲੀਆਂ ਲਗਾ ਦਿਓ ਤੁਸੀਂ ਭਾਈ ਸਾਰੇ ਬਈ, ਤਾਲੀਆਂ ਲਗਾ ਦਿਓ ਉਸ ਬੱਚੀ ਦੇ ਵਾਸਤੇ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਤਾਂ ਸਾਰਿਆਂ ਨੇ ਫਿਰ ਮੈਂ ਬਹੁਤ ਬਹੁਤ ਧੰਨਵਾਦੀ ਹਾਂ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਹੁਣ ਅਲੀ ਜੀ ਕਰੋ ਆਪਣੀ ਕਾਰਵਾਈ। ਉਸ ਬੱਚੀ ਨੇ ਕਹਿੰਦੇ ਵੱਡਾ ਨਾਮ ਰੋਸ਼ਨ ਕੀਤਾ ਸਾਡੇ ਇਸ ਨਗਰ ਦਾ, ਕਿ ਕੁੱਖ ਵਿੱਚ ਧੀ ਧਰਤੀ ਵਿੱਚ ਪਾਣੀ ਨਾ ਸਾਂਭੇ ਤਾਂ ਕਦਮ ਕਹਾਣੀ। ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਜਿਹੜਾ ਮੁੰਡਾ ਮਹਿੰਗੇ ਮੁੱਲ ਦਾ, ਉਹ ਪਹਿਲਵਾਨ ਕੌਣ ਹੈ? ਉਹ ਪਹਿਲਵਾਨ ਹੈ ਵਿਕਾਸ ਖੰਨਾ। ਤਾੜੀਆਂ ਲਾ ਦੇ ਇੱਕ ਵਾਰ ਪਹਿਲਵਾਨ ਦੇ ਵਾਸਤੇ ਬਈ। ਵਿਕਾਸ ਖੰਨਾ ਵੀ ਪੁੱਜ ਗਿਆ। ਵਿਕਾਸ ਕਿ ਮਿੱਤਰਾਂ ਦਾ ਨਾਮ ਚੱਲਦਾ, ਵਿਕਾਸ ਆ ਵੀ ਨੌਜਵਾਨਾਂ ਭੱਜ ਕੇ ਖਾਲੇ ਨੂੰ ਸਲਾਮੀ ਦੇ ਦੇ ਇੱਕ ਵਾਰ। ਤਾੜੀਆਂ ਲਾ ਦਿਓ ਪਹਿਲਵਾਨ ਦੇ ਵਾਸਤੇ। ਬੜਾ ਤੇਜ਼ ਘੁਲਣ ਵਾਲਾ ਪਹਿਲਵਾਨ ਹੈ, ਬੜਾ ਤੇਜ਼ ਨੂੰ ਤੇਜ਼ ਟੱਕਰੂ ਫਿਰ ਗੱਲ ਬਣੂਗੀ ਮੈਦਾਨ ਵਿੱਚ। ਸੋ ਬੜਾ ਤੇਜ਼ ਘੁਲਣ ਵਾਲਾ ਪਹਿਲਵਾਨ, ਵਿਕਾਸ ਖੰਨੇ ਵਾਲਾ, ਦੁਨੀਆ ਦੀਵਾਨੀ ਬਣਾਈ ਹੋਈ ਹੈ ਕੌਮ ਜਗ ਦੇ ਉੱਤੇ ਹਿਮਾਚਲੀਆਂ ਦੀ, ਜਿਹਨੇ ਪ੍ਰੀਤ ਸਿੰਘਾਂ ਨਾਲ ਪਾਈ ਹੋਈ ਹੈ। ਅੱਜ ਵਿਕਾਸ ਨੇ ਵੀ ਕਹਿੰਦੇ ਮੇਲਾ ਲੁੱਟ ਕੇ ਲੈ ਜਾਣਾ। ਸੋ ਸਾਰੇ ਪਹਿਲਵਾਨ ਜਿੰਨੇ ਵੀ ਪੁੱਜੇ ਹੈ, ਉਹਨਾਂ ਸਾਰੇ ਪਹਿਲਵਾਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਮੈਦਾਨ ਵਿੱਚ ਆ ਕੇ ਬੈਠੋ। ਆਓ ਉਹਨਾਂ ਕੇਸਰੀ ਦੇ ਵਾਸਤੇ ਪਹਿਲੀ ਕੁਸ਼ਤੀ ਸਾਡੇ ਕੋਲ ਆ ਚੁੱਕੀ ਹੈ। ਉਹ ਕਿਹੜੇ ਪਹਿਲਵਾਨ? ਸਾਗਰ ਆ ਵੀ ਨੌਜਵਾਨਾਂ ਭੱਜ ਕੇ ਪਹਿਲਾਂ ਮੈਦਾਨ ਵਿੱਚ ਹੱਥ ਜੋੜੀ ਕਰ। ਸਾਗਰ ਪਹਿਲਵਾਨ ਉਹਨਾਂ ਮੈਦਾਨ ਵਿੱਚ ਆ ਜਾ ਨੌਜਵਾਨਾਂ, ਸਾਗਰ ਆ ਜਾ ਵੀ ਵਿੱਚ ਖੜੇ। ਸਾਗਰ ਉਹਨੇ ਵਾਲਾ ਆ ਗਿਆ। ਦੂਜੇ ਪਾਸੇ ਸੰਨੀ ਪਹਿਲਵਾਨ ਬਰਸਾਲੀ ਤੋਂ ਆ ਵੀ ਨੌਜਵਾਨਾਂ ਹੱਥ ਜੋੜੀ ਵਾਸਤੇ। ਤਾੜੀਆਂ ਲਾ ਦਿਓ ਇਸ ਕੁਸ਼ਤੀ ਦੇ ਵਾਸਤੇ, ਪਹਿਲੀ ਹੱਥ ਜੋੜੀ। ਇਧਰਲੇ ਪਾਸੇ ਟੋਲੀ ਟੋਲੀ ਸਾਹਿਬ, ਵੱਡੇ ਵੱਡੇ ਕਹਿੰਦੇ ਵੱਡੇ ਵੱਡੇ ਯੁੱਧ ਹੋਣੇ ਆ, ਵੱਡੇ ਵੱਡੇ ਪਹਿਲਵਾਨ ਆਏ ਹੈ ਇਸ ਮੈਦਾਨ ਦੇ ਵਿੱਚ। ਉਧਰ ਕੌਣ ਆ ਗਿਆ? ਗੌਰਵ ਆ ਗਿਆ ਇੰਦੌਰ ਵਾਲਾ। ਤਾੜੀਆਂ ਲਾ ਦਿਓ ਪਹਿਲਵਾਨ ਦੇ ਵਾਸਤੇ। ਗੌਰਵ ਪ੍ਰਧਾਨ ਵੀ ਮਹਿੰਗੇ ਮੁੱਲ ਦਾ ਪਹਿਲਵਾਨ ਹੈ, ਮਹਿੰਗੇ ਮੁੱਲ ਦਾ ਪਹਿਲਵਾਨ ਹੈ। ਅੱਜ ਦੇ ਇਸ ਮੈਦਾਨ ਵਿੱਚ ਗੌਰਵ ਪਹਿਲਵਾਨ ਨੇ ਵੀ ਪੂਰੇ ਝੰਡੇ ਕੱਢਣੇ ਹੈ। ਗੌਰਵ ਕਹਿੰਦਾ ਨੀਵੇਂ ਉਹਨਾਂ ਕੋਲੋਂ ਵੀ ਸਲੂਟ ਮਰਵਾਤੇ ਬੱਲੀਏ, ਜਿਹੜੇ ਆਖਦੇ ਸੀ ਕਰੂ ਕੀ ਜਵਾਕ ਕਾਉਂਦਾ, ਜਿਹੜੇ ਆਖਦੇ ਸੀ ਕਰੂ ਕੀ ਜਵਾਕ ਕਾਉਂਦਾ। ਟੋਲੀ ਇੱਕ ਮਿੰਟ, ਗੌਰਵ ਭੱਜ ਕੇ ਆ ਜਾ ਨੌਜਵਾਨਾਂ ਅਖਾੜੇ ਵਿੱਚ। ਤਾੜੀਆਂ ਲਾ ਦਿਓ ਪਹਿਲਵਾਨ ਦੇ ਵਾਸਤੇ ਬਈ। ਪਹਿਲੀ ਐਂਟਰੀ ਜਿਹੜੀ ਬੜੀ ਜ਼ਬਰਦਸਤ ਹੋਈ ਹੈ, ਵਿਕਾਸ ਖੰਨੇ ਵਾਲਾ ਆ ਗਿਆ ਤੇ ਨਾਲ ਹੀ ਕਹਿੰਦੇ ਡਬਲ ਐਂਟਰੀ ਜਿਹੜੀ ਮਾਰੀ ਹੈ ਮੁੰਡੇ ਨੇ, ਗੌਰਵ ਇੰਦੌਰ ਵਾਲੇ ਨੇ।
रोशन कौर साहब पहली एंट्री जी बड़ी जबरदस्त हुई है। तीजी एंट्री जी हुई है विनोद पहलवान चंडीगढ़। आ भी नौजवाना भज के मैदान सलामी दे दे कि मुंडा चंडीगढ़ के नजारिया ने पटिया ताड़िया ला दो पहलवान के वास्ते। विनोद मिस गल नहीं चलनी बिच आ नौजवाना हां ताड़िया ला दो पहलवान के वास्ते भाई। ये है विनोद पहलवान चंडीगढ़ी है बड़े बड़े पहलवान सदे सुरमू। आ जा नौजवाना जल्दी भज के मैदान में आ जा। उधर कहते मुंडा सदाम भी आ गया पुट्ठी बड़ी मशहूर है जिस पहलवान की। सो सुरमू पहलवान हुशियारपुरिया वो भी इस जंगल के पुज गया। बड़े बड़े पहलवान आए हैं बड़े बड़े पहलवाना की गल मैदान शुरू होनी है। बड़े बड़े पहलवाना की गल मैदान शुरू होनी है। कमलजीत पहलवान की भी एंट्री हो चुकी है इस दंगल दे विच अखाड़े दे विच भावे अजे तक नहीं पुजे है पर साढ़े दंगल दे विच एंट्री हो चुकी है। सो उस पहलवान का भी इत्थे पुजन ते प्रबंधकां वल्लों स्वागत किया जा रहा है। विवेक हुशियारपुर दे शाम उन्ना विवेक हुशियारपुर कितने भी हाथ खड़ा करे ओके शाम उन्ना ठीक है। अटेंशन प्लीज साडे लोअर पंजाब दे पूरब प्रधान श्री धर्मेश जी भी साडे विच पहुंच चुके हैं। उन्हां दा इत्थे आण ते बहुत बहुत स्वागत बहुत बहुत धन्यवाद। होर जिन्ने भी साडे नौजवान साथी बजुर्ग और भाई इत्थे पहुंचे हैं उन्हां दा भी और खासकर सारे पहलवानों का बहुत बहुत स्वागत बहुत बहुत धन्यवाद। जिहड़े कि इस दंगल की रौनक नूं इस दंगल की शान नूं वधाउण वास्ते इत्थे पहुंचे हैं सारे दे स्वागत सारे दे धन्यवाद। हुण अली जी चलो अपनी अपनी कार्रवाई लगो सुरमुज भी आ गए देखो नमस्ते कर गए पूरी दंगल दे नजारे अज अली जी बन देने तुसीं मैनूं लग्गिया करता हुण राणा साहब नजारे आउणे ही हैं कदे नजारे जाने नहीं अज नजारे तां आउणे ही हैं अज नजारे जाने नहीं। गल्लां होणगियां मैदान अंदर ऊना केसरी दे वास्ते दूजी कुश्ती भी बिल्कुल तैयारी भर चुकी है। जगदीप टटहरा ते अंकित पहलवान ऊना ये दोनों प्रधान जिहड़े है वह भी हाथ जोड़ी कर रहे हैं। अंकित ऊना भज के मैदान में पहुंचे भाई ऊने वाले हो भज के आओ यार अंकित।